ਸੱਜੀ ਨਹੀਂ ਇਹ ਕਾਫੀ ਮਹੀਨਿਆਂ ਤੋਂ ਚੱਲ ਰਿਹਾ ਹੈਗਾ ਪਿੰਡ ਪੱਧਰ ਤੋਂ ਲੈ ਕੇ ਸਟੇਟ ਪੱਧਰ ਸਟੇਟ ਤੋਂ ਅੱਜ ਦਿੱਲੀ ਯਾਨੀ ਕਿ ਭਾਰਤ ਦੇ ਸਾਰੇ ਲੋਕ ਇਕੱਠੇ ਹੋਏ ਨੇ ਕਿਉਂ ਇਕੱਠੇ ਹੋਏ ਨੇ ਇਹ ਸਾਰਿਆਂ ਨੂੰ ਪਤਾ ਵੀ ਸਾਨੂੰ ਹੌਲੀ ਹੌਲੀ ਖਤਮ ਕਰਨੀਆਂ ਇਹ ਸਾਜ਼ਸ਼ਾਂ ਨੇ ਜਿਵੇਂ ਲਾ ਲਓ ਬਿਜਲੀ ਬੋਰਡ ਹੈ ਇਹ ਪ੍ਰਾਈਵੇਟ ਕੀਤਾ ਗਿਆ ਹੁਣ ਜਿਹੜੇ ਪ੍ਰਾਈਵੇਟ ਅਦਾਰੇ ਸੀਗੇ ਉਹ ਵੀ ਇਸ ਤਰ੍ਹਾਂ ਡਾਮਾਡੋਲ ਹੋ ਚੁੱਕੇ ਆ ਕੋਈ ਐਡੀ ਬਾਹਲੀ ਵਧੀਆ ਵਿਵਸਥਾ ਨਹੀਂ ਹੈਗੀ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਦੇ ਵਿੱਚ ਇੱਕ ਐਡਾ ਰੋਹ ਫੈਲਿਆ ਹੋਇਆ ਉਹ ਆਪਣੀਆਂ ਨੌਕਰੀਆਂ ਦੇ ਬਾਰੇ ਨਹੀਂ ਉਹ ਜਨਤਾ ਦੇ ਬਾਰੇ ਸੋਚਦੇ ਨੇ ਵੀ ਜਨਤਾ ਦਾ ਬਣੂ ਕੀ ਹੁਣ ਜਿਹੜਾ ਕਿਸਾਨਾਂ 'ਤੇ ਐਡਾ ਵੱਡਾ ਜ਼ੁਲਮ ਕੀਤਾ ਜਾ ਰਿਹਾ ਇਹ ਤੁਸੀਂ ਇਹ ਸੋਚਦੇ ਹੋਵੋਗੇ ਵੀ ਅਸੀਂ ਪਿੰਡਾਂ 'ਚੋਂ ਲਿਆ ਰਹੇ ਹਾਂ ਨਹੀਂ ਲੋਕ ਆਪ ਮਾਰੇ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਲੋਕ ਇੱਕਜੁੱਟ ਹੋ ਕੇ ਚੱਲੇ ਹੋਏ ਨੇ ਇਹ ਅੱਜ ਹੀ ਨਹੀਂ ਬੜੇ ਕਾਫੀ ਦਿਨਾਂ ਤੋਂ ਇਹ ਵੱਡਾ ਸੰਘਰਸ਼ ਬਣਦਾ ਜਾ ਰਿਹਾ ਦੇਸ਼ਾਂ ਵਿਦੇਸ਼ਾਂ ਤੋਂ ਸਹਿਯੋਗ ਮਿਲਦਾ ਜਿਸ ਕਾਰਨ ਇਹ ਜਿਹੜਾ ਰੋਹ ਭਰਪੂਰ ਇਕੱਠ ਹੋ ਰਹੇ ਨੇ ਇਹ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਸਾਰਾ ਉਹਨਾਂ ਨੂੰ ਪਤਾ ਖੁਫੀਆ ਤੰਤਰ ਆ ਜਿਹੜਾ ਉਹਨਾਂ ਕੋਲ ਹਰ ਪਲ ਦੀ ਸੂਚਨਾ ਪਹੁੰਚਾ ਰਿਹਾ ਪਰ ਉਹ ਅੱਖਾਂ ਮੀਚੀ ਬੈਠੇ ਨੇ ਇਸ ਲਈ ਅਸੀਂ ਬੜਾ ਦੁੱਖ ਨਾਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਰਕਾਰ ਹੈ ਬਾਜ਼ ਆ ਜਾਵੇ ਦੇਸ਼ ਦਾ ਨੁਕਸਾਨ ਨਹੀਂ ਵੱਡੀ ਪੱਧਰ 'ਤੇ ਹੋ ਸਕਦਾ ਸਾਨੂੰ ਬੜੀ ਚਿੰਤਾ ਦਿਨਾਂ ਤੋਂ ਉੱਪਰ ਹੋ ਗਏ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜੇ ਦਿੱਲੀ ਦੀ ਜਨਤਾ ਵੀ ਔਖੀ ਹੋ ਰਹੀ ਹੈ ਅਤੇ ਸਾਡੇ ਕਿਸਾਨ ਵੀ ਉੱਥੇ ਠੰਡ 'ਚ ਮਰ ਰਹੇ ਆ ਵੀ ਉਹਨਾਂ 'ਤੇ ਕੋਈ ਗੱਲ ਸੁਣ ਲਓ ਲੇਕਿਨ ਉਲਟਾ ਗੱਲ ਕੀ ਕਹਿ ਰਹੇ ਨੇ ਇਹ ਤਾਂ ਜੀ ਖਾਲਿਸਤਾਨੀ ਨੇ ਜੀ ਇਹ ਤਾਂ ਸ਼ਹਿਰੀ ਨਕਸਲੀ ਹੈ ਜੀ ਕੋਈ ਕੁਛ ਕੋਈ ਕੁਛ ਇਹ ਟੁਕੜੇ ਟੁਕੜੇ ਜਿਹੜੇ ਹੈਗੇ ਆ ਗੈਂਗਸਟਰ ਨੇ ਜੀ ਇਹੋ ਜਿਹੀਆਂ ਗੱਲਾਂ ਕਰ ਲੈਂਦੇ ਹੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਹਿੰਦੁਸਤਾਨ 1947 ਤੋਂ ਬਾਅਦ ਹਿੰਦੁਸਤਾਨ 'ਚ ਐਡੀ ਵੱਡੀ ਜਦੋਂ ਜਹਿਦ ਪਹਿਲੀ ਦਫਾ ਹੋਈ ਹੈ ਅੱਜ ਤੱਕ ਦਿੱਲੀ ਕਿਸੇ ਜਥੇਬੰਦੀ ਨੇ ਨਹੀਂ ਘੇਰੀ ਗਈ ਲੇਕਿਨ ਸਾਡਾ ਪ੍ਰਧਾਨ ਮੰਤਰੀ ਜਿਹਦੀ ਸਾਰੇ ਸੰਸਾਰ ਵਿੱਚ ਕੁਤੇ ਕੁਤੇ ਹੋ ਰਹੀ ਹੈ ਉਹਨੂੰ ਅਜੇ ਤੱਕ ਸ਼ਰਮ ਨਹੀਂ ਆਈ ਕਿ ਮੈਂ ਆਪਣੇ ਕਿਸਾਨਾਂ ਦੀ ਕੋਈ ਗੱਲ ਸੁਣਾਂ ਜਿਹੜੇ ਕਿਸਾਨਾਂ ਨੇ ਇਸ ਦੇਸ਼ ਦੀ ਭੁੱਖਮਰੀ 'ਚ ਇਹਨੂੰ ਕੱਢਿਆ 2017 ਜਦੋਂ ਅਮਰੀਕਾ ਤੋਂ ਹਿੰਦੁਸਤਾਨ ਦੀ ਸਰਕਾਰ ਨੇ ਗੋਡੇ ਟੇਕ ਕੇ ਕਣਕ ਲਈ ਸੀ ਤਾਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੇ ਜਿਹੜਾ ਇਹ ਭੁੱਖਮਰੀ ਨੂੰ ਦੂਰ ਕੀਤਾ ਔਰ ਹਜ਼ਾਰ ਲੱਖਾਂ ਟਨ ਜਿਹੜਾ ਅਨਾਜ ਪੈਦਾ ਕੀਤਾ ਅੱਜ ਇਸ ਦੇਸ਼ ਦੇ ਕਿਸਾਨ ਦੀ ਹਾਲਤ ਬੜੀ ਤਰਸਯੋਗ ਹੈ ਬਹੁਤ ਦੇਰ ਤੋਂ ਜਿਹੜਾ ਹੈ ਘੋਲ ਕੀਤੇ ਜਾ ਰਹੇ ਨੇ ਲੇਕਿਨ ਸਰਕਾਰ ਨੂੰ ਕਿਸਾਨਾਂ ਦੀ ਮਜ਼ਦੂਰਾਂ ਦੀ ਜਾਂ ਹੋਰ ਛੋਟੇ ਕਾਰੋਬਾਰ ਦੀ ਕੋਈ ਪਰਵਾਹ ਨਹੀਂ ਕੇਵਲ ਕਾਰਪੋਰੇਟ ਕਰਾਣੇ ਅਵਾਨੀ ਜਾਂ ਅਡਾਨੀ ਦਾ ਫਿਕਰ ਹੈ ਇਸ ਪਿੱਛੇ ਵੀ ਜੋ ਕੁਛ ਹੋ ਰਿਹਾ ਇਹ ਸਾਰੇ ਕਾਰਪੋਰੇਟ ਘਰਾਣਿਆਂ ਦੀ ਮਿਹਰਬਾਨੀ ਹੈ ਤਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਹੈ ਉਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀਆਂ ਜਾਣ ਔਰ ਇਸ ਦੇਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜਾ ਹੈ ਦਰਦਾਂ ਧੱਕੇ ਖਾਣ ਤੋ ਇਹ ਬੜੀ ਅਫਸੋਸ ਨਾਲ ਗੱਲ ਹੈ ਕਿ ਇਸ ਕਰੋਨਾ ਦੇ ਵਿੱਚ ਸਾਰਾ ਜਿਹੜਾ ਸਾਡਾ ਰੀਅਲ ਅਸਟੇਟ ਸਾਡੀ ਇੰਡਸਟਰੀ ਸਾਰੀ ਜਿਹੜੀ ਆ ਉਹ ਘਾਟੇ 'ਚ ਗਈ ਹੈ ਲੇਕਿਨ ਕੇਵਲ ਜਿਹੜਾ ਕਿਸਾਨ ਦੀ ਉਪਜ ਹੈ ਉਹ 14% ਜਿਹੜੀ ਹੈ GDP 'ਚ ਵਾਧਾ ਹੋਇਆ ਤੋ ਇਸ ਵਾਸਤੇ ਅਜੇ ਸਾਡੀ ਸਰਕਾਰ ਨੂੰ ਜਿਹੜਾ ਹੈ ਇਹ ਧਿਆਨ ਨਹੀਂ ਆਇਆ ਕਿ 62 ਕਰੋੜ ਕਿਸਾਨ ਜਿਹੜਾ ਹਿੰਦੁਸਤਾਨ ਦਾ ਉਹ 'ਤੇ ਸਾਰਾ ਹਿੰਦੁਸਤਾਨ ਨਿਰਭਰ ਕਰਦਾ ਇਹ ਖੇਤੀ ਪ੍ਰਧਾਨ ਦੇਸ਼ ਹੈ ਇਹ ਖੇਤੀ ਤਬਾਹ ਹੋ ਗਈ ਤਾਂ ਇਸ ਮੁਲਕ ਦੇ ਵਿੱਚ ਰਹਿਣਾ ਕੁਛ ਨਹੀਂ ਇਸ ਵਾਸਤੇ ਅਸੀਂ ਅਜੇ ਵੀ ਅਪੀਲ ਕਰਦੇ ਹਾਂ ਕਿ ਮੋਦੀ ਸਾਹਿਬ ਤੇਰੀ ਸਾਰੇ ਸੰਸਾਰ 'ਚ ਕੁਤੇ ਕੁਤੇ ਹੋ ਰਹੀ ਹੈ ਕੋਈ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਅੱਜ ਤੱਕ ਇਹੋ ਜਿਹਾ ਨਹੀਂ ਹੋਇਆ ਜਿਹਦੀ ਇੰਨੀ ਨਿਖੇਧੀ ਹੋਈ ਹੋਵੇ UN 'ਚ ਤੇਰੇ ਵਿਰੁੱਧ ਪਟੀਸ਼ਨ ਪੈ ਚੁੱਕੀ ਹੈ ਕੈਨੇਡਾ ਅਮਰੀਕਾ ਜਰਮਨ ਆਸਟ੍ਰੇਲੀਆ ਨਿਊਜ਼ੀਲੈਂਡ ਕਿਹੜਾ ਮੁਲਕ ਹੈ ਜਿੱਥੇ ਤੇਰੇ ਵਿਰੁੱਧ ਜਿਹੜੀ ਆਵਾਜ਼ ਨਹੀਂ ਉੱਠ ਰਹੀ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਜਾਂ ਭਾਰਤ ਦੇ ਲੋਕ ਰਹਿ ਰਹੇ ਆ ਉਹ ਇਸ ਗੱਲ ਦਾ ਪ੍ਰੋਟੈਸਟ ਕਰ ਰਹੇ ਆ ਸਾਰੇ ਸੰਸਾਰ ਦੇ ਵਿੱਚ ਕਿ ਇਹ ਜਿਹੜਾ ਬਹੁਤ ਅਤਿਆਚਾਰ ਹੋ ਰਿਹਾ ਔਰ ਮੈਂ ਕਹਿੰਦਾ ਇਸ ਇਹੋ ਜਿਹੀ ਜਦੋਂ ਜਿਹੜੀ ਜਿਹੜੀ ਹੋਈ ਹੈ ਉਹ ਇਕੱਲਾ ਬੇਮਿਸਾਲ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਔਰ ਮੋਦੀ ਸਾਹਿਬ ਜਿਹੜਾ ਇਹ ਆਪਣੀ ਧਿਆਨ ਦੇਣ ਇਸ ਗੱਲ ਵੱਲ ਜਿਹੜਾ ਇਹ ਮੁਲਕ ਹੈ ਬਹੁਤ ਵੱਡਾ ਹੈ ਇਹ ਲੋਕ ਵੱਡੇ ਹੁੰਦੇ ਹੈ ਕੋਈ ਸਰਕਾਰ ਵੱਡੀ ਨਹੀਂ ਹੁੰਦੀ ਜਦੋਂ ਲੋਕ ਖੜ੍ਹੇ ਹੋ ਜਾਂਦੇ ਆ ਇਨਕਲਾਬ ਆ ਜਾਂਦੇ ਆ ਸਰਕਾਰਾਂ ਵੀ ਬਦਲ ਜਾਂਦੀਆਂ ਇਸ ਵਾਸਤੇ ਮੈਂ ਅਪੀਲ ਕਰਦਾ ਅਸੀਂ ਇੱਥੋਂ ਕਿਸਾਨ ਦੇ ਭਰਾਵਾਂ ਵੱਲੋਂ ਕਿ ਮੋਦੀ ਸਾਹਿਬ ਹੋਸ਼ ਕਰੋ ਸਾਡੀ ਮੰਗ ਜਾਇਜ਼ ਹੈ ਇਹਨੂੰ ਮੰਨ ਲਓ ਬਿਲਕੁਲ ਪਊਗਾ ਜੀ ਹਾਕਮਾਂ ਨੂੰ ਆਪਦੀ ਕੁਰਸੀ ਦਾ ਗਰੂਰ ਹੈ ਸਾਨੂੰ ਆਪਦੇ ਸੰਘਰਸ਼ਾਂ ਦਾ ਸਰੂਰ ਹੈ ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ ਅਖੀਰ ਜਿੱਤ ਹੱਕ ਅਤੇ ਸੱਚ ਦੀ ਹੋਈ ਹੋਣੀ ਬਿਲਕੁਲ ਕਰਨਗੇ ਕਿਸਾਨ ਇਸ ਗੱਲ ਤੋਂ ਪਿੱਛੇ ਨਹੀਂ ਹਟਣਗੇ ਜਿੰਨੀ ਦੇਰ 3 ਕਾਨੂੰਨ ਵਾਪਸ ਨਹੀਂ ਹੁੰਦੇ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਨੇ ਉਹ ਦਿੱਲੀ ਤੋਂ ਵਾਪਸ ਨਹੀਂ ਆਉਣਗੇ ਸਾਰੇ ਜਿਹੜੇ ਦੂਸਰੇ ਸੂਬੇ ਆ ਪੰਜਾਬ ਤੋਂ ਪ੍ਰੇਰਣਾ ਲੈ ਕੇ ਅੱਗੇ ਵੱਧ ਰਹੇ ਆ ਸਾਨੂੰ ਪੂਰੀ ਉਮੀਦ ਆ ਵੀ ਜਿਵੇਂ ਹੁਣ ਤੱਕ ਸਾਨੂੰ ਸਾਥ ਮਿਲਦਾ ਰਿਹਾ ਇਸ ਘੋਲ ਨੂੰ ਅੱਗੇ ਤੋਂ ਵੀ ਇਸ ਘੋਲ ਨੂੰ ਹੋਰ ਸਾਥ ਮਿਲੇਗਾ ਅਤੇ ਹਾਕਮਾਂ ਨੂੰ ਝੁਕਣਾ ਹੀ ਪਊਗਾ ਇੱਕ ਦਿਨ